ਵਿਆਹ ਵਾਲੇ ਘਰ ਦੇ ਵਿੱਚ ਪੈ ਗਿਆ ਹੰਗਾਮਾ। ਡੀਜੇ ਲਾਉਣ ਨੂੰ ਲੈ ਕੇ ਹੋਈ ਸੀ ਹੱਥੋਂ ਪਾਈ। ਇੱਕ ਵਿਆਹ ਸਮਾਗਮ ਦੇ ਵਿੱਚ ਡੀਜੇ ਨੂੰ ਲੈ ਕੇ ਹੰਗਾਮਾ ਹੁੰਦਾ ਹੈ, ਜਿਸ ਤੋਂ ਬਾਅਦ ਕਾਫੀ ਜ਼ਿਆਦਾ ਹੱਥੋਂ ਪਾਈ ਹੁੰਦੀ ਹੈ। ਜਦੋਂ ਸਮਝਾਉਣ ਬੁਝਾਉਣ ਦੇ ਲਈ ਕੋਈ ਵਿਅਕਤੀ ਅੱਗੇ ਜਾਂਦਾ ਹੈ ਤਾਂ ਉਸਦੇ ਵੱਲੋਂ ਉਹਨਾਂ ਨੂੰ ਸਮਝਾ ਬੁਝਾ ਕੇ ਸਾਈਡ ਕਰ ਦਿੱਤਾ ਜਾਂਦਾ ਹੈ, ਪਰ ਦੂਜੀ ਧਿਰ ਦੇ ਵੱਲੋਂ ਆ ਕੇ ਉਸੇ ਸਮਝਾਉਣ ਆਏ ਹੋਏ ਬੰਦੇ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ, ਉਸਦੀ ਪੱਗ ਤੱਕ ਲਾ ਦਿੱਤੀ ਜਾਂਦੀ ਹੈ। ਤਾਂ ਕੁੜਮਚਾਰੀ ਦੇ ਵਿੱਚ ਗਿਆ ਹੋਇਆ ਸੀ ਬੰਦਾ ਵਿਆਹ ਦੇ ਉੱਤੇ, ਤਾਂ ਦੱਸ ਦਈਏ ਕਿ ਆਪਣੀ ਬੇਟੀ ਦੇ ਨਨਾਣ ਦੇ ਵਿਆਹ 'ਤੇ ਗਿਆ ਹੋਇਆ ਸੀ, ਤਾਂ ਉੱਥੇ ਜਾ ਕੇ ਉਸਦੇ ਨਾਲ ਜਿਹੜੀ ਬਦਸਲੂਕੀ ਹੋਈ ਹੈ ਉਸਦੇ ਬਾਰੇ ਉਸਨੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਤਾਂ ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਗੁਰਸਿੱਖ ਬੰਦੇ ਦੇ ਨਾਲ ਬਦਸਲੂਕੀ ਹੋਈ, ਸ਼ਰਿਆਮ ਵਿਆਹ ਦੇ ਵਿੱਚ ਜਿਹੜੀ ਉਸਦੀ ਪੱਗ ਹੈ ਉਹ ਲਾ ਦਿੱਤੀ ਗਈ ਹੈ। ਤਾਂ ਇਸ ਮੌਕੇ ਉਸਨੇ ਮਗਰੋਂ ਕੋਈ ਐਕਸ਼ਨ ਨਹੀਂ ਲਿਆ, ਪਰ ਉਸਨੇ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਈ ਹੈ। ਮੇਰਾ ਨਾਮ ਹਰਦੀਪ ਸਿੰਘ ਹੈ ਜੀ, ਜੋ ਹੱਡ ਬੀਤੀ ਹੋਈ ਹੈ ਮੇਰੇ ਫਾਦਰ ਸਾਹਿਬ ਨੇ। ਸੋ ਹੋਇਆ ਕੀ ਸੀ ਕਿ ਜੇ ਅਸੀਂ ਆਪਣੀ ਮੇਰੀ ਸਿਸਟਰ ਦੀ ਨਨਾਣ ਦੀ ਮੈਰਿਜ ਸੀਗੀ, ਉੱਥੇ ਆਏ ਸੀਗੇ। ਉੱਥੇ ਚਲੋ ਡੀਜੇ ਵਾਲਿਆਂ ਨਾਲ ਥੋੜ੍ਹਾ ਬਹੁਤ ਝਗੜਾ ਝੁਗੜਾ ਹੋਇਆ, ਉਹਨਾਂ ਨੇ ਉਹਨਾਂ ਦਾ ਸ਼ਰਾਬ ਦਾਰੂ ਵਗੈਰਾ ਪੀਤੀ ਸੀਗੀ। ਮੰਗਾਮ ਸੀਗਾ ਨਾਲ ਉਹਦਾ ਬੇਟਾ ਪ੍ਰਿੰਸ ਮੋਹਿਤ, ਔਰ ਇੱਕ ਜਸ਼ਨ ਸੀਗਾ, ਔਰ ਦੋ ਤਿੰਨ ਜਣੇ ਅਣਪਛਾਤੇ ਸੀਗੇ। ਠੀਕ ਹੈ ਜੀ, ਅਸੀਂ ਲੜਾਈ ਛੁਡਵਾਈ ਹੈ। ਅਸੀਂ ਲੜਾਈ ਛੁਡਵਾਉਣ ਦੇ ਵਿੱਚ ਹੀ ਗਲਤ ਹੋ ਗਏ, ਅਤੇ ਇੱਥੋਂ ਪਿੱਛੋਂ ਦੀ ਆ ਕੇ ਬੈਕ ਸਾਈਡ ਤੋਂ ਆ ਕੇ ਸ਼ਹਿਨਾਈ ਪੈਲੇਸ ਵਿੱਚ ਮੇਰੇ ਫਾਦਰ ਸਾਹਿਬ ਜੀ ਦੀ ਪੱਗ ਲਾਈ ਹੈ, ਜੋ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਾਤ ਬਖਸ਼ੀ ਹੈ। ਠੀਕ ਹੈ ਜੀ, ਪੱਗ ਲਾਈ ਹੈ। ਜੇ ਅਸੀਂ ਆਪਣੇ ਸ਼ਸਤਰਾਂ ਦਾ ਇਸਤੇਮਾਲ ਕਰੀਏ ਤਾਂ ਅਸੀਂ ਗਲਤ ਹਾਂ, ਅਤੇ ਜੇ ਅਸੀਂ ਸ਼ਸਤਰ ਇਸਤੇਮਾਲ ਕਰਦੇ ਜੇ ਉਹਨਾਂ ਦੇ ਵੱਜਣ ਦੇ, ਅਸੀਂ ਤਾਂ ਵੀ ਗਲਤ ਹੋਣਾ ਸੀਗਾ। ਮੈਂ ਅਪੀਲ ਇਹੀ ਕਰਦਾ ਹਾਂ ਕਿ ਸਾਨੂੰ ਜੋ ਵੀ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਬਣਦੀ ਹੈ ਅਤੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਆ। ਇੱਥੇ ਮਜੀਠਾ ਰੋਡ 'ਤੇ ਮੇਰੀ ਬੇਟੀ ਵਿਆਹੀ ਆ, ਉਹਦੀ ਨਨਾਣ ਦੀ ਅੱਜ ਮੈਰਿਜ ਸੀ, ਅਤੇ ਮੈਂ ਉੱਥੇ ਸਗਨ 'ਤੇ ਆਇਆ। ਅਤੇ ਮੇਰੀ ਇਸ ਸਹਿਨਾਈ ਪਹਿਲੇ ਮਾਰਿਆ ਇੱਥੇ ਮਜੀਠਾ ਰੋਡ 'ਤੇ ਬੱਬੇ, ਅਤੇ ਮੇਰੀ ਜਵਾਈ ਦੇ ਨਾਲ ਇਹਦਾ ਚਾਚਾ ਸਕਾ ਉਹ ਝਗੜਾ ਕਰ ਰਿਹਾ ਸੀ, ਅਤੇ ਮੈਂ ਇਹਨਾਂ ਨੂੰ ਛਡਵਾ ਕੇ ਉਹਨਾਂ ਨੂੰ ਪੈਲਸ ਤੋਂ ਬਾਹਰ ਭੇਜਦਾ ਆ। ਜਵਾਈ ਮੇਰਾ ਜਿਹੜਾ ਇਹਨਾਂ ਨੂੰ ਮੈਂ ਪੱਲੀ ਸਾਈਡ 'ਤੇ ਕਰਦਾ, ਚਾਚਾ ਇਹਦਾ ਉੱਤੋਂ ਹੀ ਘੁੰਮ ਗਿਆ ਪੌੜੀਆਂ ਦਾਣੀ, ਪਿੱਛੋਂ ਦੀ ਆ ਕੇ ਮੇਰੇ ਇੱਥੋਂ ਦਸਤਾਰ ਖਿੱਚ ਕੇ ਬੜੇ ਜ਼ੋਰ ਦੇ ਨਾਲ ਮੈਨੂੰ ਵਾਲਾਂ ਨੂੰ ਖਿੱਚ ਕੇ ਥੱਲੇ ਸੁੱਟਤਾ। ਬਾਅਦ 'ਚ ਮੇਰੇ ਕੋਲ ਜੇ ਅਸੀਂ ਇੱਥੋਂ ਆਪਣੇ ਸ਼ਸਤਰ ਕੱਢੀਏ ਫਿਰ ਅਸੀਂ ਉੱਥੇ ਗਲਤ ਹੋ ਜਾਂਦੇ ਹਾਂ। ਮੈਂ ਆਪਣੇ ਮਨ ਨੂੰ ਸ਼ਾਂਤ ਰੱਖਿਆ, ਮੈਂ ਕੋਈ ਗੱਲ ਨਹੀਂ ਤੂੰ ਕਰ ਲਈ ਨਾ ਗਲਤੀ, ਫਿਰ ਮੇਰੀ ਬੇਟੀ ਨੂੰ ਅੱਗੇ ਜਾ ਕੇ ਢਾ ਕੇ ਉਹਦੇ ਢਿੱਡ 'ਚ ਲੱਤਾਂ ਮਾਰ ਕੇ ਜਾ ਕੇ ਗਿਆ। ਇਹਦਾ ਨਾਂ ਹੈਗਾ ਜੇ ਮੰਗਾ ਬਖਸ਼ੀਦ ਮਸੀਹ, ਛਿਆਟੇ ਦਾ ਰਹਿਣ ਵਾਲਾ ਜੇ। ਇਹਦੇ ਬੇਟੇ ਦਾ ਨਾਂ ਜੇ ਪ੍ਰਿੰਸ, ਇੱਕ ਇਹਦੇ ਨਾਲ ਹੈਗਾ ਜੇ ਇਹਦੀ ਭੈਣ ਦਾ ਮੁੰਡਾ ਮੋਹਿਤ, ਅਤੇ ਇੱਕ ਹੈਗਾ ਜੇ ਇੱਥੋਂ ਦਾ ਕੋਈ ਹੋਰ ਉਹਦੇ ਨਾਲ ਇਹਦੇ ਜਸ਼ਨ, ਚਾਰ ਬੰਦੇ ਹੋਰ ਹਨ ਬਣਛਾਂਦੇ ਇਹਨਾਂ ਦੇ ਨਾਲ। ਇਹਨਾਂ ਰੱਜ ਕੇ ਹਾਂਜੀ ਝਗੜਾ ਕਿਸ ਗੱਲ 'ਤੇ? ਝਗੜਾ ਬਾਬਾ ਜੀ ਇਹਨਾਂ ਦੇ, ਮੇਰੇ ਇਹਨਾਂ ਤੋਂ ਕੋਈ ਗੱਲ ਹੀ ਨਹੀਂ ਆ। ਮੇਰੇ ਤੇ ਬੇਨਜਾਇਜ਼, ਜਿਹਨੂੰ ਮਰਜ਼ੀ ਉੱਥੇ ਆ ਕੇ ਤੁਸੀਂ ਪੁੱਛ ਸਕਦੇ ਜੀ, ਮੇਰੇ ਬਿਲਕੁਲ ਬੇਨਜਾਇਜ਼ ਨੇ ਮਗਰੋਂ ਦੀ ਆ ਕੇ ਪੱਗ ਖਿੱਚ ਕੇ ਮੈਨੂੰ ਸੁੱਟਤਾ ਵਿੱਚ। ਤੁਸੀਂ ਝਗੜਾ ਛਡਾ ਰਹੇ? ਅਸੀਂ ਛਡਾ ਰਹੇ ਬਾਬਾ ਜੀ, ਬਸ ਉਹਦੇ 'ਚ ਪੁੱਛ ਸਕਦੇ ਜਿਹਨੂੰ ਮਰਜ਼ੀ। ਡੀਜੇ ਵਾਲੇ ਦੇ ਗੱਲ ਪੈਣ ਲਈ ਉੱਥੇ ਵਿਚਾਰੇ ਦੀ, ਉਹਦੇ ਹੱਥੀਂ ਪਈ ਹੋਣ ਡੇ, ਅਸੀਂ ਤਾਂ ਕੋਈ ਗੱਲ ਬੁਲਾਉਂਦੇ ਵੀ ਨਹੀਂ ਉਹਨਾਂ ਨੂੰ ਬਾਬਾ ਜੀ। ਠੀਕ ਹੈ ਜੀ, ਪੁਲਿਸ ਨੂੰ ਕੋਈ ਕੰਪਲੇਂਟ ਦਿੱਤੀ? ਕੰਪਲੇਂਟ ਬਾਬਾ ਜੀ ਇੱਥੇ ਦਿਖਾਈ ਦੇ ਦਿੱਤੀ ਆ, ਅੱਗੇ ਕਾਰਵਾਈ ਹੈ ਜੋ ਬਣਦੀ ਉਹ ਕਰਨਗੇ। ਪੁਲਿਸ ਵੱਲੋਂ ਕੀ ਕਿਹਾ ਗਿਆ? ਪੁਲਿਸ ਵੱਲੋਂ ਕਿਹਾ ਗਿਆ ਜੀ ਅਸੀਂ ਜੋ ਵੇਖੋ ਕਾਨੂੰਨੀ ਕਾਰਵਾਈ ਹੋਏਗੀ ਇਹਨਾਂ ਨਾਲ ਪੂਰੀ ਕਰਾਂਗੇ ਇਹਨਾਂ ਦੀ। ਠੀਕ ਹੈ ਜੀ, ਮੈਨੂੰ ਇਹਦਾ ਪੂਰਾ ਪੂਰਾ ਵੀ ਬਾਬਾ ਜੀ ਇਨਸਾਫ਼ ਮਿਲਣਾ ਚਾਹੀਦਾ। ਸਰ ਮੇਰੀ ਜਿਹੜੀ ਦਸਤਾਰ ਲੱਗੀ ਆ, ਅਤੇ ਮੈਨੂੰ ਤਾਂ ਜੇ 40 ਦਿਨ ਵੀ ਨੂੰ ਇਹ ਪਾਣਾ ਪਾਏ ਦੇ ਨੂੰ, ਇਹ ਬੰਦੇ ਨੂੰ ਇੰਨੀ ਕੁ ਮੱਤ ਹੋਣੀ ਚਾਹੀਦੀ ਇਹਨੂੰ ਪਤਾ ਲੱਗ ਜਾਏ ਕੀਤਾ ਕੀ ਇਹਨੇ ਸੱਗੀ ਦੇ ਨਾਲ। ਨਿਹੰਗ ਸਿੰਘ ਵੱਲੋਂ ਕਿਹਾ ਗਿਆ ਵੀ ਉਹਨਾਂ ਦੀ ਪੱਗ ਲੱਥੀ ਹੈ, ਉਸ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ? ਦਰਖਾਸਤ ਲੈ ਲਈ ਆ ਡਿਊਟੀ ਅਫਸਰ ਨੇ, ਜੋ ਬਣਦੀ ਕਾਰਵਾਈ ਅਮਲ ਵਿੱਚ ਲੈਂਦੀ ਹੋਵੇਗੀ। ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਰਿਪੋਰਟ।